ਲੁਧਿਆਣਾ ਦੇ ਭਾਰਤੀ ਧਰਮ ਸਮਾਜ ਰਜਿਸਟਰ ਬਾਬਾ ਦਾਸ ਵੱਲੋਂ ਬਾਬਾ ਦਾਸ ਜੀ ਦੇ ਕੇਂਦਰੀ ਦਫਤਰ ਤੋਂ ਇਕੱਠੇ ਹੋ ਕੇ ਇੱਕ ਸਕੂਟਰ ਅਤੇ ਮੋਟਰਸਾਈਕਲ ਦੇ ਰੂਪ ਦੇ ਵਿੱਚ ਡਾਕਟਰ ਅੰਬੇਦਕਰ ਚੌਂਕ ਜਲੰਧਰ ਬਾਈਪਾਸ ਵਿਖੇ ਰੈਲੀ ਕੱਢ ਕੇ ਪਹੁੰਚੇ ਅਤੇ ਉਹਨਾਂ ਨੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 68ਵੇਂ ਪ੍ਰਤੀ ਨਿਵਾਰਨ ਮੌਕੇ ਉਹਨਾਂ ਨੂੰ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾ ਸੁਮਨ ਦੇ ਫੁੱਲ ਭੇਟ ਕੀਤੇ ਅਤੇ ਇਸ ਮੌਕੇ ਮੌਜੂਦਾ ਮੈਂਬਰਾਂ ਵੱਲੋਂ ਕਿਹਾ ਗਿਆ ਕਿ ਸਾਨੂੰ ਸਾਰਿਆਂ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਦਿਸ਼ਾ ਨਿਰਦੇਸ਼ ਤੇ ਚੱਲਣਾ ਚਾਹੀਦਾ ਹੈ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਮੌਜੂਦਾ ਮੈਂਬਰਾਂ ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਦੇ ਇਸ ਸੰਬੰਧੀ ਹੋਰ ਕੀ ਗੱਲਬਾਤ ਕੀਤੀ ਗਈ। ਭਾਰਤੀ ਵਾਲਮੀਕਿ ਧਰਮ ਸਮਾਜ ਰਜਿਸਟਰ ਬਾਬਾ ਦਾਸ ਵੱਲੋਂ ਬਾਬਾ ਦਾਸ ਦੇ ਕੇਂਦਰੀ ਦਫ਼ਤਰ ਤੋਂ ਇਕੱਠੇ ਹੋ ਕੇ ਇੱਕ ਸਕੂਟਰ ਮੋਟਰਸਾਈਕਲ ਰੈਲੀ ਦੇ ਰੂਪ ਦੇ ਵਿੱਚ ਡਾਕਟਰ ਅੰਬੇਡਕਰ ਚੌਂਕ ਜਲੰਧਰ ਬਾਈਪਾਸ ਚੌਂਕ ਵਿਖੇ ਅੱਜ ਬਾਬਾ ਦਾਸ ਦੇ ਸਮੂਹ ਜਿਹੜੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਪਹੁੰਚੇ। ਇੱਥੇ ਪਹੁੰਚ ਕੇ ਉਹਨਾਂ ਨੇ ਡਾਕਟਰ ਵਿਸ਼ਵ ਰਤਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤੀਆਂ ਦੇ ਮਸੀਹਾ ਯੁੱਗ ਪੁਰਸ਼ ਮਹਾਂਮਾਨਵ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ 68ਵੇਂ ਪ੍ਰੀ ਨਿਰਵਾਣ ਦਿਵਸ ਦੇ ਮੌਕੇ 'ਤੇ ਉਹਨਾਂ ਨੂੰ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾ ਸੁਮਨ ਭੇਂਟ ਕੀਤੇ ਅਤੇ ਅੱਜ ਉਹਨਾਂ ਨੂੰ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਉਹਨਾਂ ਦੇ ਦਿੱਤੇ ਹੋਏ ਨਿਰਦੇਸ਼ਾਂ 'ਤੇ ਜਾਂ ਉਹਨਾਂ ਵੱਲੋਂ ਦਿੱਤੀਆਂ ਸਿੱਖਿਆਵਾਂ ਦਾ ਪਾਲਣ ਕਰਦੇ ਹੋਏ ਅੱਜ ਸਮਾਜ ਲਈ ਸੰਘਰਸ਼ ਕਰੀਏ ਅਤੇ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਪੂਰਾ ਸੰਘਰਸ਼ ਕਰਕੇ ਹੀ ਬਤੀਤ ਕੀਤੀ ਹੈ। ਸਾਡਾ ਹੀ ਫਰਜ਼ ਬਣਦਾ ਕਿ ਉਹਨਾਂ ਦੇ ਦਿੱਤੇ ਹੋਏ ਜਿਹੜੇ ਅਧਿਕਾਰ ਨੇ ਉਹਨਾਂ ਦੇ ਪਹਿਰਾ ਦੇਈਏ। ਧੰਨਵਾਦ। ਜੈ ਵਾਲ। ਜਿਵੇਂ ਯੂਥ ਤੁਹਾਡੇ ਨਾਲ ਆਇਆ, ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ? ਅੱਜ ਤੱਕ ਯੂਥ ਨਸ਼ੇ ਵੱਲ ਨੂੰ ਜਾ ਰਿਹਾ ਵਾ। ਯੂਥ ਨੂੰ ਇਹੀ ਮੈਸੇਜ ਹੈ ਕਿ ਜਿਸ ਤਰ੍ਹਾਂ ਅੰਬੇਡਕਰ ਸਾਹਿਬ ਨੇ ਆਪਣੇ ਜੀਵਨ ਨੂੰ ਸੰਘਰਸ਼ ਕੀਤਾ ਵਾ, ਸਾਨੂੰ ਵੀ ਉਹ ਸੰਘਰਸ਼ ਕਰਦੇ ਹੋਏ ਉਹਨਾਂ ਦਾ ਜੋ ਇੱਕ ਨਾਰਾ ਸੀ ਪੜ੍ਹੋ ਜੁੜੋ ਸੰਘਰਸ਼ ਕਰੋ, ਸਾਨੂੰ ਵੀ ਪੜ੍ਹ ਕੇ ਜੁੜ ਕੇ ਸੰਘਰਸ਼ ਕਰਨਾ ਚਾਹੀਦਾ ਹੈ ਅਤੇ ਇਹਦੇ ਨਾਲ ਨਾਲ ਜਿਹੜਾ ਵਾ ਸਪੋਰਟਸ ਵੱਲ ਜਾਣਾ ਚਾਹੀਦਾ ਵਾ ਤਾਂ ਕਿ ਆਪਾਂ ਨਸ਼ਾ ਰਹਿਤ ਰਹੀਏ। ਧੰਨਵਾਦ। ਨੇਤਾ ਜੀ ਸੋਂਦੀ, ਰਾਸ਼ਟਰੀ ਮੁੱਖ ਲੇਖਾ ਨਿਰੀਖਕ ਭਾਰਤੀ ਵਾਲਮੀਕਿ ਧਰਮ ਸਮਾਜ ਰਜਿਸਟਰ ਬਾਬਾ ਦਾਸ ਭਾਰਤ। ਅੱਜ ਭਾਰਤੀ ਵਾਲਮੀਕਿ ਧਰਮ ਸਮਾਜ ਦੇ ਕੇਂਦਰੀ ਦਫ਼ਤਰ ਤੋਂ ਚੱਲ ਕੇ ਅੱਜ ਅਸੀਂ ਸਾਰੇ ਹੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀ ਨਿਰਵਾਣ ਦਿਵਸ 'ਤੇ ਉਹਨਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਨ ਵਾਸਤੇ ਅਤੇ ਉਹਨਾਂ ਦੀਆਂ ਸਿੱਖਿਆਵਾਂ 'ਤੇ ਚੱਲਣ ਦਾ ਪ੍ਰਣ ਕਰਨ ਵਾਸਤੇ ਇੱਥੇ ਪਹੁੰਚੇ ਹਾਂ। ਅਸੀਂ ਸਮੁੱਚੇ ਵਿਸ਼ਵ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ ਜਿਹੜਾ ਆ ਉਹ ਇੱਕ ਚਾਨਣ ਮਨਾਰੇ ਦੇ ਰੂਪ ਦੇ ਵਿੱਚ ਆਪਣੀ ਰੋਸ਼ਨੀ ਦਿੱਤੀ ਹੈ ਔਰ ਦੁਨੀਆ ਨੇ ਉਹਨਾਂ ਨੂੰ ਦੁਨੀਆ ਦਾ ਚੜ੍ਹਦਾ ਸੂਰਜ ਆਖਿਆ ਹੈ। ਉਹ ਭਾਰਤ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਰੋਸ਼ਨੀ ਹੈ, ਉਹਨਾਂ ਦੀ ਰੁਸ਼ਨਾਈ ਹੈ, ਉਹ ਫੈਲੀ ਹੋਈ ਹੈ। ਅੱਜ ਜੋ ਵੀ ਤਰੱਕੀ ਦੇਖਣ ਨੂੰ ਨਜ਼ਰ ਆ ਰਹੀ ਹੈ ਉਹ ਸਾਰੀ ਦੇਣ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਹੈ। ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਇਸ ਮੌਕੇ? ਸ਼ਹਿਰ ਵਾਸੀਆਂ ਨੂੰ ਇਹੀ ਮੈਸੇਜ ਹੈ ਕਿ ਸਾਰੇ ਹੀ ਰਲ ਮਿਲ ਕੇ, ਕਿਉਂਕਿ ਭਾਰਤੀ ਸੰਵਿਧਾਨ ਜਿਹੜਾ ਉਹ ਹਰ ਇੱਕ ਦੇ ਹੱਕਾਂ ਦੀ ਰਾਖੀ ਕਰਦਾ, ਉਹ ਕਿਸੇ ਵਿਸ਼ੇਸ਼ ਤਬਕੇ ਲਈ ਕੰਮ ਨਹੀਂ ਕਰਦਾ। ਤੋ ਅੱਜ ਜੋ ਦੇਸ਼ ਚੱਲ ਰਿਹਾ ਹੈ, ਜਿਹੜੀ ਕਾਨੂੰਨ ਵਿਵਸਥਾ ਹੈ, ਉਹ ਸਾਰੀ ਭਾਰਤੀ ਸੰਵਿਧਾਨ ਅਨੁਸਾਰ ਚੱਲ ਰਹੀ ਹੈ। ਸਾਰੇ ਸ਼ਹਿਰ ਨਿਵਾਸੀਆਂ ਨੂੰ ਹੀ, ਸਾਰੇ ਦੇਸ਼ ਨਿਵਾਸੀਆਂ ਨੂੰ ਹੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਿਹੜਾ ਅੱਜ ਪ੍ਰੀ ਨਿਰਵਾਣ ਦਿਵਸ ਹੈ, ਉਹਨਾਂ ਨੂੰ ਆਪਣੇ ਸ਼ਰਧਾ ਦੇ ਸੁਮਨ ਭੇਟ ਕਰਨੇ ਚਾਹੀਦੇ ਹਨ, ਸ਼ਰਧਾਂਜਲੀ ਭੇਟ ਕਰਨੀ ਚਾਹੀਦੀ ਹੈ।